ਕੱਲ ਕੈਬਨਿਟ ਮੀਟਿੰਗ ਦੇ ਵਿੱਚ ਸ਼੍ਰੀਮਾਨ ਭਗਵੰਤ ਮਾਨ ਜੀ ਚੀਫ ਮਿਨਿਸਟਰ ਪੰਜਾਬ ਦੀ ਅਗਵਾਈ ਦੇ ਵਿੱਚ ਇੱਕ ਵੱਡਾ ਫੈਸਲਾ ਲਿਆ ਗਿਆ ਕਿਉਂਕਿ ਪਟਵਾਰੀਆਂ ਦੀ ਜਿਹੜੀ ਕਮੀ ਚੱਲੀ ਆ ਰਹੀ ਸੀ ਉਹਨੂੰ ਪੂਰਾ ਕਰਨ ਦੇ ਲਈ ਇਹ 1766 ਪਟਵਾਰੀ ਜਿਹੜੇ ਰਿਟਾਇਰਡ ਜਿਹੜੇ ਹੈਗੇ ਆ ਜਿਨ੍ਹਾਂ ਦੇ ਕੋਈ ਕ੍ਰਿਮੀਨਲ ਕੇਸ ਪੈਂਡਿੰਗ ਨਾ ਹੋਵੇ ਜਿਨ੍ਹਾਂ ਦਾ ਰਿਕਾਰਡ ਅੱਛਾ ਹੋਵੇ ਉਹਨਾਂ ਨੂੰ 25000 ਰੁਪਏ ਦੀ ਤਨਖਾਹ ਦੇ ਉੱਤੇ 64 ਸਾਲ ਤੋਂ ਥੱਲੇ ਉਹਨਾਂ ਦੀ ਉਮਰ ਹੋਵੇ ਉਹਨਾਂ ਨੂੰ ਰਿਕਰੂਟ ਕਰਨ ਦਾ ਜਿਹੜਾ ਆਰਡਰ ਦਿੱਤਾ ਗਿਆ ਉਹ ਇਸ ਲਈ ਕੀਤਾ ਗਿਆ ਕਿਉਂਕਿ ਇਹ ਬਹੁਤ ਜ਼ਰੂਰੀ ਸੀਗਾ ਕਿਉਂਕਿ ਟ੍ਰੇਨਿੰਗ ਸੈਸ਼ਨ ਜਿਹੜਾ ਹੁੰਦਾ ਜਿਹੜੇ ਅਸੀਂ 1090 ਪਟਵਾਰੀ ਲੈ ਰਹੇ ਆ ਉਹਨਾਂ ਦਾ ਟ੍ਰੇਨਿੰਗ ਸੈਸ਼ਨ 1 ਸਾਲ ਔਰ 6 ਮਹੀਨੇ ਉਹਨਾਂ ਦਾ ਜਿਹੜਾ ਟ੍ਰੇਨਿੰਗ ਗਰਾਊਂਡ ਲੈਵਲ ਦੀ ਹੋਏਗੀ ਉਹਨੂੰ ਕੰਪਲੀਟ ਕਰਨ ਦੇ ਲਈ ਹੋਰ ਸਾਡੇ ਕੋ ਕੋਈ ਦੂਜਾ ਤਰੀਕਾ ਨਹੀਂ ਸੀਗਾ ਵੀ ਅਸੀਂ ਰਿਟਾਇਰਡ ਪਟਵਾਰੀ ਲਈਏ ਔਰ ਇਨਮ ਇੱਕ ਗੱਲ ਹੋਰ ਪੰਜਾਬ ਸਰਕਾਰ ਵੱਲੋਂ ਦੱਸਣੀ ਚਾਹਨਾ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਵੱਲੋਂ ਦੱਸੜੇ ਚਾਹਨਾ ਕਿ 800 ਪਟਵਾਰੀ ਜਿਹੜੇ ਹੈਗੇ ਆ ਅਸੀਂ ਉਹ ਨਵੀਂ ਪਬਲਿਸ਼ਿੰਗ ਤੇ ਹੋਰ 800 ਬੱਚੇ ਭਰਤੀ ਕਰਨ ਜਾ ਰਹੇ ਆ 1090 ਇੱਕ ਨਵੇਂ ਬੱਚਿਆਂ ਨੂੰ এমਪਲாய்ਮੈਂਟ ਲੈਟਰ ਦੇਣ ਜਾ ਰਹੇ ਆ ਤਕਰੀਬਨ 27 28 ਤਰੀਕ ਨੂੰ ਇਸ ਮਹੀਨੇ ਦੇ ਅੰਦਰ ਲੈਟਰ ਦਿੱਤੇ ਜਾਊਗੇ ਉਹ ਪਟਵਾਰੀ ਆਜੂਗੇ ਔਰ 800 ਨਵੇਂ ਅਸੀਂ ਪਟਵਾਰੀ ਹੋਰ ਲਾਵਾਂਗੇ ਜਿਹੜੇ ਨਵੇਂ ਬੱਚੇ ਭਰਤੀ ਹੋਊਗੇ ਔਰ ਜਿਹੜੀ ਆ ਇੱਕ ਗੱਲ ਬੜੀ ਹੈਰਾਨਗੀ ਜਨਕ ਜਿਹੜੀ ਹੈ ਇਹ ਪੁਰਾਣੀ ਸਰਕਾਰਾਂ ਦਾ ਜਿਹੜਾ ਹੁਣ ਪ੍ਰਧਾਨ ਹੈ ਰਾਜਾ ਬਡਿੰਗ ਜੀ ਇਹਨਾਂ ਨੂੰ ਗੱਲ ਕਰਨ ਤੋਂ ਪਹਿਲਾਂ ਮੈਂ ਇੱਕ ਮੈਸੇਜ ਦੇਣਾ ਚਾਹਨਾ ਜ਼ਰੂਰ ਸੋਚੋ ਰਾਜਾ ਬਡਿੰਗ ਜੀ ਤੁਸੀਂ ਕੀ ਕਿਹਾ ਤੁਸੀਂ ਕਿਹਾ ਜੀ ਬੱਚਿਆਂ ਦੀ ਨੌਕਰੀ ਮਾਰੀ ਜਾ ਰਹੀ ਹੈ ਵੀ ਤੁਸੀਂ ਤਾਂ ਪਿਛਲੇ ਤੁਹਾਡੇ 20 ਸਾਲਾਂ ਦਾ ਰਿਕਾਰਡ ਦੇਖੋ ਕੀਤਾ ਕੱਖ ਨਹੀਂ ਉਹ ਜਿਹੜਾ ਗੈਪ ਵੀ ਪਟਵਾਰੀ ਜਾਂਦਾ ਮੈਂ ਤੁਹਾਨੂੰ ਪੁੱਛਣਾ ਚਾਹੁੰਦਾ ਉਹ ਕਿਹਨੇ ਪੂਰਾ ਕਰਨਾ ਸੀ ਤੁਹਾਡੀ ਸਰਕਾਰ ਨੇ ਕਿਉਂ ਨਹੀਂ ਕੀਤਾ ਪਿਛਲੀ ਸਰਕਾਰ ਨੇ ਉਹ ਜਿਹੜਾ ਗੈਪ ਹੈ ਉਹਦੇ ਕਰਕੇ ਅਸੀਂ ਰਟਾਇਡ ਪਟਵਾਰੀ ਰੱਖਣ ਲੱਗੇ ਆ ਨਾ ਕਿ ਅਸੀਂ ਕਿਸੇ ਬੱਚੇ ਦੀ ਨੌਕਰੀ ਨੂੰ ਸਫਰ ਕਰਨਾ ਚਾਹੁੰਦੇ ਅਸੀਂ ਤਾਂ 27000 ਨੌਕਰੀਆਂ ਮਾਨ ਸਾਹਿਬ ਪਹਿਲੇ ਫੈਸਲਾ ਕੈਬਨਿਟ ਦੇ ਵਿੱਚ શ્રીਮਾਨ ਭਗਵੰਤ ਮਾਨ ਜੀ ਨੇ ਇਹ 27000 ਨੌਕਰੀਆਂ ਲਈ ਲਿਆ ਉਹ ਇਹ ਗੱਲ ਕਰਨੀ ਇਦਾਂ ਦੀ ਰਾਜਨੀਤੀ ਕਰਨੀ ਵਾਜਬ ਨਹੀਂ ਆ ਇਸ ਗੱਲ ਕਰਨ ਤੋਂ ਪਹਿਲਾਂ ਤੁਸੀਂ ਆਪਣੀ ਆਪਣੀ اخلاق ਆਪਣੀ ਤੁਹਾਨੂੰ ਗਰੇਵਾਂ ਚ ਝਾਕੀ ਜ਼ਰੂਰ ਮਾਰਨੇ ਚਾਹੀਦੇ ਆ ਸੋ ਮੈਂ ਧੰਨਵਾਦ ਕਰਦਾ ਸਾਰਿਆਂ ਦਾ ਵੀ ਇਹਦੇ ਚ ਮਾਨ ਸਾਹਿਬ ਦਾ ਖਾਸ ਤੌਰ ਤੇ ਵੀ ਉਹਨਾਂ ਨੇ ਇੱਕ ਵੱਡਾ ਫੈਸਲਾ ਲਿਆ ਤੇ ਅਸ ਆਪਣੇ ਕੈਬਨਿਟ ਦੇ ਸਾਥੀਆਂ ਦਾ ਬਹੁਤ-ਬਹੁਤ ਸ਼ੁਕਰੀਆ ਧੰਨਵਾਦ। ਦੇਸ਼ ਦੁਨੀਆ ਦੀ ਹਰ ਵੱਡੀ ਖਬਰ ਨਾਲ ਜੁੜੇ ਰਹਿਣ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ। ਨਾਲ ਦੀ ਨਾਲ ਹਰ ਨਵੀਂ ਵੀਡੀਓ ਦੀ ਨੋਟੀਫਿਕੇਸ਼ਨ ਲਈ ਬੈਲ ਆਈਕਨ ਜ਼ਰੂਰ ਦਬਾਓ। ਜੇਕਰ ਤੁਸੀਂ ਇਹ ਵੀਡੀਓ Facebook ਤੇ ਦੇਖ ਰਹੇ ਹੋ ਤਾਂ ਇਸ ਨੂੰ ਲਾਈਕ ਜ਼ਰੂਰ ਕਰੋ ਔਰ ਜ਼ਿਆਦਾ ਤੋਂ ਜ਼ਿਆਦਾ ਸ਼ੇਅਰ ਵੀ ਕਰੋ। ਧੰਨਵਾਦ।